ਬੇਸ਼ੱਕ ਦੇਸ਼ ਦੇ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਸਰਕਾਰ ਨੇ ਵੱਖ-ਵੱਖ ਕਾਨੂੰਨ ਬਣਾ ਕੇ ਰੱਖੇ ਨੇ, ਪਰ ਕੁਝ ਲੋਕ ਕਾਨੂੰਨ ਦੀ ਇਸ ਕਾਰਵਾਈ ਨੂੰ ਗੂਠਾ ਵਿਖਾ ਕੇ ਬਲਾਤਕਾਰ ਵਰਗੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਅਲਫੂ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ 40 ਸਾਲਾ ਔਰਤ ਦੇ ਨਾਲ 4 ਲੋਕਾਂ ਦੇ ਵੱਲੋਂ ਬਲਾਤਕਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਸਰਬਜੀਤ ਕੌਰ ਪਤਨੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਇਕੱਲੀ ਸੀ ਕਿ ਪਿੰਡ ਦੇ ਹੀ 4 ਲੋਕਾਂ ਨੇ ਉਸਦੇ ਘਰ ਆ ਕੇ ਦਰਵਾਜ਼ਾ ਬੰਦ ਕਰਕੇ ਉਸਦੇ ਨਾਲ ਜ਼ਬਰਦਸਤੀ ਕੀਤੀ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਮੰਗ ਜਲਦੀ ਤੋਂ ਜਲਦੀ ਮੰਗ ਕਰਦੇ ਹਾਂ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਕਿੰਦੇ ਨਾਲ ਰੇਪ ਹੋਇਆ, ਕੌਣ ਸੀਗੀ? ਮੇਰੀ ਸੱਸ ਆ ਗਈ ਵੀਰੇ, ਤੇ ਸਾਨੂੰ ਉਹਨਾਂ ਨੇ ਵੀ ਬੁਲਾਇਆ, ਪਿੰਡ ਵਾਲਿਆਂ ਨੇ ਫੋਨ ਲਾਇਆ ਵੀ ਇੱਦਾਂ ਕਰਕੇ ਘਰ ਆਹ ਗੱਲ ਹੋ ਗਈ ਆ ਗਈ, ਅਤੇ ਅਸੀਂ ਉੱਥੋਂ ਆਏ ਹਾਂ ਗਏ ਆਪਦਾ, ਅਤੇ ਵੀ ਮਤਲਬ ਕਿ ਇਹਨਾਂ ਦੇ ਨਾਲ ਵੀ ਗਲਤ ਹੋਇਆ ਜੋ, ਅਤੇ ਉਹਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਸਾਨੂੰ, ਇਨਸਾਫ਼ ਚਾਹੀਦਾ ਸਾਨੂੰ। ਸਰਬਜੀਤ ਕਿੱਥੋਂ ਰਹਿਣ ਵਾਲੇ ਜੀ? ਅਸੀਂ ਅਲਫੂ ਕੇ ਰਹਿਣ ਵਾਲੇ। ਕਿੰਨੀ ਉਮਰ ਤੁਹਾਡੀ? 40 ਸਾਲ ਉਮਰ ਹੈ, ਅਤੇ 5 ਬੰਦੇ ਆਏ ਨੇ, ਅਤੇ ਤਿੰਨਾਂ ਨੇ ਬਲਾਤ ਕੀਤਾ। ਜੁਜੇ ਮੈਨੂੰ ਆਹਦੇ ਬੂਹਾ ਖੋਲ, ਮੈਂ ਬੂਹਾ ਖੋਲਿਆ ਅਤੇ ਖਿੱਚ ਕੇ ਮੈਨੂੰ ਅੰਦਰ ਲੈ ਗਏ ਨੇ, ਤਿੰਨਾਂ ਨੇ ਮੇਰੇ ਨਾਲ ਕੀਤਾ, ਅਤੇ ਜੁਜਿਆਂ ਨੇ ਆਣ ਕੇ ਮਗਰ ਉਹ ਵੀ ਆ ਗਏ ਨੇ। ਅਤੇ ਜਿੰਨੀ ਛੇਤੀ ਵੀ ਕੀਤਾ ਜਾਂਦਾ ਕਾਰਵਾਈ ਕਰੋ, ਮੈਨੂੰ ਇਹਨਾਂ 'ਤੇ ਬਹੁਤ ਖਤਰਾ ਹੀ ਹੈਗਾ ਬਹੁਤ। ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੁਹਾਡੇ 'ਤੇ? ਕਾਰਵਾਈ ਹਾਂਜੀ। ਅਤੇ ਹੁਣ ਕੀ ਮੰਗ ਕਰਦੇ ਤੁਸੀਂ? ਹੁਣ ਅਸੀਂ ਆਉਣੇ ਜਿੰਨੀ ਤੋਂ ਛੇਤੀ ਹੁੰਦਾ ਇਹਨਾਂ 'ਤੇ ਕਰੋ। ਨਹੀਂ ਫੜਨਾ ਚਾਹੀਦਾ ਇਹਨਾਂ ਨੂੰ? ਫੜਨਾ ਚਾਹੀਦਾ ਇਹਨਾਂ ਨੂੰ ਛੇਤੀ।